ਅਟੈਸਟੇਸ਼ਨ ਲੈਟਰ ਬਹੁਤ ਵੱਡਾ ਹਊਆ ਸੀ ਇੱਕ, ਕਹਿੰਦੇ 31 ਮਾਰਚ ਤੱਕ ਦਾ ਸਮਾਂ ਦਿੱਤਾ ਸੀ, 31 ਮਾਰਚ ਨਿਕਲਿਆ ਅਤੇ ਤੁਸੀਂ ਵੀਜ਼ਾ ਵਿਖਾਤਾ। ਐਡੀ ਸੌਖੀ ਅਟੈਸਟੇਸ਼ਨ ਲੈਟਰ ਮਿਲ ਗਈ, ਐਡੀ ਸੌਖੀ, ਐਡੀ ਜਲਦੀ ਇਹ ਵੀਜ਼ਾ ਅਪਲਾਈ ਹੋ ਗਿਆ ਔਰ ਐਡੀ ਜਲਦੀ ਵੀਜ਼ਾ ਆ ਗਿਆ। ਹਾਂਜੀ ਬਿਲਕੁਲ, ਅਟੈਸਟੇਸ਼ਨ ਲੈਟਰ ਵੀ ਲੈ ਲਈ ਅਤੇ ਵੀਜ਼ਾ ਵੀ ਲੈ ਲਿਆ। 5 ਦਿਨਾਂ ਦੇ ਵਿੱਚ ਅਸੀਂ ਆਲਰੇਡੀ ਵੀਜ਼ਾ ਵੀ ਲੈ ਚੁੱਕੇ ਹਾਂ। ਜਦ ਤੱਕ ABC ਕੰਸਲਟੈਂਟ ਦੇ ਕੋਲ ਤੁਸੀਂ ਅਟੈਸਟੇਸ਼ਨ ਲੈਟਰ ਅਪਲਾਈ ਕਰਾਉਣੀ ਆ, ਉਹਨੇ ਚਾਹੇ ਚੋਣ ਗਲੋਬਲ ਤੁਹਾਡਾ ਵੀਜ਼ਾ ਅਪਲਾਈ ਕਰ ਦੇਣਾ। ਰੀਸੈਂਟ ਵੀਜ਼ਾ 5 ਦਿਨ 'ਚ ਹਾਸਲ ਕੀਤਾ ਹੈ। ਥੋੜੇ ਦਿਨ ਰੁਕੇ, ਬਹੁਤ ਸਾਰੇ ਵਿਦਵਾਨ ਫੇਸਬੁੱਕ 'ਤੇ ਆਉਣਗੇ। ਹਮਨੇ ਅਟੈਸਟੇਸ਼ਨ ਲੈਟਰ ਲੈ ਲਈ ਹੈ, ਅੱਜ ਹਮਾਰੀ 3 ਆ ਗਈ, ਅੱਜ ਹਮਾਰੀ 2 ਅਟੈਸਟੇਸ਼ਨ ਲੈਟਰ ਆ ਗਈ ਹੈ, ਅੱਜ 5 ਆ ਗਈ ਹੈ। ਕੈਮਰਾਮੈਨ, ਵੀਡੀਓ ਐਡੀਟਰ, ਹਮਾਰੇ ਸੋਸ਼ਲ ਮੀਡੀਆ ਜੋ ਐਕਸਪਰਟ ਹੈ, ਇਸਕੋ ਲਗਾ ਦਿਓ ਜੀ, ਬੂਸਟ ਪੇ ਲਗਾ ਦਿਓ, 2000 ਰੁਪਏ 5000 ਰੁਪਏ ਲਗਾ ਦਿਓ, ਬੂਸਟ ਹਮਨੇ ਲੈ ਲਈ। ਉਹ ਲੈ ਲਈ ਹੈ ਕੀ ਅਟੈਸਟੇਸ਼ਨ ਲੈਟਰ? ਹੋਮ ਗਲੋਬਲ ਨੇ ਅਟੈਸਟੇਸ਼ਨ ਲੈਟਰ ਦੀ ਗੱਲ ਹੀ ਨਹੀਂ ਕੀਤੀ, ਸਿੱਧਾ ਹੀ ਵੀਜ਼ਾ ਹੀ ਦਿਖਾ ਦਿੱਤਾ। ਬਹੁਤ ਦੂਰ ਦੀ ਗੱਲ ਹੈ, ਲੋਕ ਕਹਿੰਦੇ ਜੀ 15 ਦਿਨ ਲਾਂਗੇ ਜੀ, 20 ਦਿਨ ਲਾਂਗੇ, 1 ਦਿਨ ਦੇ ਵਿੱਚ ਅਟੈਸਟੇਸ਼ਨ ਲੈਟਰ ਅਪਰੂਵ ਕਰਾਵਾਂਗੇ, ਉਸ ਤੋਂ ਬਾਅਦ ਬੱਚੇ ਦੀ ਫਾਈਲਿੰਗ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਸੋਸ਼ਲ ਮੀਡੀਆ ਪਲੈਟਫਾਰਮ 'ਤੇ, ਔਰ ਅੱਜ ਓਮ ਗਲੋਬਲ ਤੋਂ ਰਿੱਕੀ ਸੰਧੂ ਹੁਣੀ ਸਾਡੇ ਨਾਲ ਇੱਕ ਵਾਰ ਫਿਰ ਤੋਂ ਹਾਜ਼ਰ ਨੇ। ਸੋ ਕੈਨੇਡਾ ਸਟੂਡੈਂਟ ਵੀਜ਼ਾ ਦੀ ਗੱਲ ਕਰ ਲਈਏ ਤਾਂ ਪਿਛਲੇ 3 ਮਹੀਨੇ ਦੇ ਵਿੱਚ ਬਹੁਤ ਸਾਰਾ ਗ੍ਰਾਫ ਥੱਲੇ ਆ ਗਿਆ ਉਹਨਾਂ ਬੱਚਿਆਂ ਦਾ ਜਿਨ੍ਹਾਂ ਨੇ ਕੈਨੇਡਾ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਸੀ। ਰੀਜ਼ਨ ਸੀ PAL ਲੈਟਰ, ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ। ਪ੍ਰੋਵਿੰਸ ਵੱਲੋਂ, ਕਾਲਜ ਵੱਲੋਂ ਇੱਕ ਲੈਟਰ ਇਸ਼ੂ ਹੋਣੀ ਸੀ, ਜਿਸ ਤੋਂ ਬਾਅਦ ਕਹਿੰਦੇ ਜੀ ਹੁਣ ਅੰਬੈਸੀ ਫਾਈਲਾਂ ਲੱਗਣਗੀਆਂ। ਓਮ ਗਲੋਬਲ ਤੋਂ ਰਿੱਕੀ ਸੰਧੂ ਹੋਣਾਂ ਨੇ ਗੱਲਬਾਤ ਕੀਤੀ ਅਤੇ ਕਹਿੰਦੇ ਜੀ ਓਮ ਗਲੋਬਲ ਇੱਕ ਐਸੀ ਕੰਪਨੀ ਬਣ ਗਈ ਹੈ ਜਿਹਨੇ ਸਭ ਤੋਂ ਪਹਿਲਾਂ ਇਹ ਅਟੈਸਟੇਸ਼ਨ ਲੈਟਰ ਹਾਸਲ ਕੀਤੀ, ਸਭ ਤੋਂ ਪਹਿਲਾਂ ਇਹ ਵੀਜ਼ਾ ਅਪਲਾਈ ਕੀਤਾ ਔਰ ਮਹਿਜ਼ 5 ਦਿਨ 'ਚ ਇਹ ਵੀਜ਼ਾ ਹਾਸਲ ਕਰ ਲਿਆ ਉਸ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੇ ਨਾਲ। ਸੋ ਇਹ ਲੈਟਰ ਕੀ ਹੈ, ਕਿਹਨੂੰ ਮਿਲੂਗੀ, ਕਿੰਨੇ ਸਮੇਂ 'ਚ ਮਿਲੂਗੀ, ਬੱਚਾ ਹੁਣ ਕੈਨੇਡਾ ਲਈ ਅਪਲਾਈ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ, ਇਸ ਬਾਰੇ ਚਰਚਾ ਕਰਾਂਗੇ ਰਿੱਕੀ ਸੰਧੂ ਹੋਣਾ ਨਾਲ। ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਅਟੈਸਟੇਸ਼ਨ ਲੈਟਰ ਬਹੁਤ ਵੱਡਾ ਹਊਆ ਸੀ ਇੱਕ, ਕਹਿੰਦੇ 31 ਮਾਰਚ ਤੱਕ ਦਾ ਸਮਾਂ ਦਿੱਤਾ ਸੀ ਕਾਲਜਿਸ ਨੂੰ ਕਿ ਤੁਸੀਂ 31 ਮਾਰਚ ਤੱਕ ਦੱਸ ਦਿਓ ਕਿ ਲੈਟਰਾਂ ਕਦੋਂ ਦੇਣੀਆਂ, ਕਿਵੇਂ ਦੇਣੀਆਂ, ਕੀ ਪ੍ਰੋਸੈਸ ਰਹੂਗਾ। 31 ਮਾਰਚ ਨਿਕਲਿਆ ਅਤੇ ਤੁਸੀਂ ਵੀਜ਼ਾ ਵਿਖਾਤਾ ਕਿ ਸਾਡਾ ਵੀਜ਼ਾ ਵੀ ਆ ਗਿਆ ਜੀ। ਐਡੀ ਸੌਖੀ ਅਟੈਸਟੇਸ਼ਨ ਲੈਟਰ ਮਿਲ ਗਈ, ਐਡੀ ਸੌਖੀ, ਐਡੀ ਜਲਦੀ ਇਹ ਵੀਜ਼ਾ ਅਪਲਾਈ ਹੋ ਗਿਆ ਔਰ ਐਡੀ ਜਲਦੀ ਵੀਜ਼ਾ ਆ ਗਿਆ। ਹਾਂਜੀ ਬਿਲਕੁਲ, ਅਟੈਸਟੇਸ਼ਨ ਲੈਟਰ ਵੀ ਲੈ ਲਈ ਅਤੇ ਵੀਜ਼ਾ ਵੀ ਲੈ ਲਿਆ। ਸੋ ਜਿੱਥੇ 5 ਦਿਨਾਂ ਦੇ ਵਿੱਚ ਅਸੀਂ ਆਲਰੇਡੀ ਵੀਜ਼ਾ ਵੀ ਲੈ ਚੁੱਕੇ ਹਾਂ, ਕਈ ਐਸੇ ਲੋਕ ਆ ਜਿਨ੍ਹਾਂ ਨੂੰ ਹਜੇ ਤੱਕ ਅਟੈਸਟੇਸ਼ਨ ਲੈਟਰ ਨਹੀਂ ਲਈ। ਥੋੜ੍ਹੇ ਦਿਨ ਰੁਕਿਓ ਭਾਅ ਜੀ, ਦੇਖਿਓ ਬੜੇ ਫੇਸਬੁੱਕ 'ਤੇ ਵਿਦਵਾਨ ਆਣਗੇ, ਹਮਨੇ ਅਟੈਸਟੇਸ਼ਨ ਲੈਟਰ ਲੈ ਲਈ ਹੈ, ਅੱਜ ਹਮਾਰੀ 2 ਅਟੈਸਟੇਸ਼ਨ ਲੈਟਰ ਆ ਗਈ ਹੈ, ਅੱਜ 5 ਆ ਗਈ ਹੈ। ਸੋ ਓਮ ਗਲੋਬਲ ਨੇ ਅਟੈਸਟੇਸ਼ਨ ਲੈਟਰ ਦੀ ਗੱਲ ਹੀ ਨਹੀਂ ਕੀਤੀ, ਸਿੱਧਾ ਹੀ ਵੀਜ਼ਾ ਹੀ ਦਿਖਾ ਦਿੱਤਾ। ਸੋ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਆਲਰੇਡੀ ਅਸੀਂ ਅਪਲੋਡ ਕੀਤਾ ਹੋਇਆ। ਸੋ ਕਾਮਯਾਬ ਹੋਣਾ ਜੇ 2 ਤਰੀਕੇ ਨੇ ਜੀ, ਜਾਂ ਤਾਂ ਪਹਿਲਾਂ ਕਰੋ ਜਾਂ ਵੱਖਰਾ ਕਰੋ, ਵੱਖਰਾ ਤਾਂ ਅਸੀਂ ਕਰ ਨਹੀਂ ਸਕਦੇ। ਸੋ ਪਹਿਲਾਂ ਜ਼ਰੂਰ ਉਹ ਚੀਜ਼ ਕਰ ਦਿੱਤੀ ਜਿੱਥੇ ਹਜੇ ਤੱਕ ਲੋਕਾਂ ਨੇ ਐਡ ਨਹੀਂ ਕੀਤੀ ਜਾਂ ਲੋਕਾਂ ਨੇ ਇਨਫੋਰਮੇਸ਼ਨ ਨਹੀਂ ਦਿੱਤੀ ਇਸ ਚੀਜ਼ ਦੇ ਉੱਪਰ ਆ ਕੇ, ਅਸੀਂ ਵੀਜ਼ਾ ਦੇ ਦਿੱਤਾ। ਸੰਧੂ ਸਾਹਿਬ, ਇਹ ਵੱਖਰਾ ਹੀ ਹੋ ਗਿਆ ਕਿਸਮ ਦਾ। ਬਿਲਕੁਲ ਜੀ, ਲੋਕਾਂ ਨੂੰ ਸਮਝ ਨਹੀਂ ਆਉਂਦੀ ਪਈ ਕਿ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਹੈ ਕੀ, ਅਤੇ ਅਸੀਂ ਲੈਟਰ ਲੈਣ ਤੋਂ ਬਾਅਦ ਵੀਜ਼ਾ ਅਪਲਾਈ ਕੀਤਾ ਅਤੇ ਵੀਜ਼ਾ ਲੈ ਕੇ ਲੋਕਾਂ ਦੇ ਸਾਹਮਣੇ ਵਿਖਾਤਾ। ਇਹ ਵੱਖਰਾ ਹੀ ਹੋ ਗਿਆ ਔਰ ਪਹਿਲਾਂ ਵੀ ਹੋ ਗਿਆ। ਹੁਣ ਤੁਹਾਡੀ ਗੱਲ ਬਿਲਕੁਲ ਠੀਕ ਹੈ, ਬਹੁਤ ਸਾਰੇ ਵਿਦਵਾਨ ਫੇਸਬੁੱਕ 'ਤੇ ਆਉਣਗੇ, ਹਮਨੇ ਲੈਟਰ ਲੈ ਲਈ ਜੀ, ਅੱਜ ਹਮਾਰੀ 3 ਆ ਗਈ, ਅੱਜ ਹਮਾਰੀ 2 ਆ ਗਈ। ਕੈਮਰਾਮੈਨ, ਵੀਡੀਓ ਐਡੀਟਰ, ਹਮਾਰੇ ਸੋਸ਼ਲ ਮੀਡੀਆ ਜੋ ਐਕਸਪਰਟ ਹੈ, ਇਸਕੋ ਲਗਾ ਦਿਓ ਜੀ, ਬੂਸਟ ਪੇ ਲਗਾ ਦਿਓ, 2000 ਰੁਪਏ 5000 ਰੁਪਏ ਲਗਾ ਦਿਓ, ਬੂਸਟ ਹਮਨੇ ਲੈ ਲਈ। ਉਹ ਲੈ ਲਈ ਹੈ ਕੀ ਅਟੈਸਟੇਸ਼ਨ ਲੈਟਰ? ਪਤਾ ਕਿਹਨੂੰ ਅਟੈਸਟੇਸ਼ਨ ਲੈਟਰ ਹੈ ਕੀ ਆ? ਬਹੁਤ ਸਾਰੇ ਕੰਸਲਟੈਂਟ ਦੇ ਫੋਨ ਸਾਨੂੰ ਸਾਹਮਣੇ ਆ ਰਹੇ, ਮੇਰੇ ਹੁੰਦਿਆਂ ਵੀ ਆਏ ਕਿ ਸਰ ਤੁਸੀਂ ਲੈਟਰ ਲੈ ਲਈ, ਤੁਹਾਡੀ ਫੇਸਬੁੱਕ 'ਤੇ ਅਸੀਂ ਵੀਡੀਓ ਦੇਖੀ ਕਿ ਤੁਸੀਂ ਵੀਜ਼ਾ ਲੈ ਲਿਆ, ਅਟੈਸਟੇਸ਼ਨ ਲੈਟਰ ਅਪਲਾਈ ਕਿਵੇਂ ਕਰਨੀ ਆ? ਸੋ ਇਹ ਸਾਡੇ ਲੋਕਾਂ ਨੇ ਸੋਚਣਾ ਕਿ ਅਸੀਂ ਅਪਲਾਈ ਕਿੱਥੋਂ ਕਰਨਾ, ਇੱਕ ਉਸ ਕੰਸਲਟੈਂਟ ਕੋਲ ਜਿਹਨੂੰ ਪਤਾ ਹੀ ਨਹੀਂ ਪ੍ਰੋਸੈਸ ਕੀ ਆ।
ਠੀਕ ਹੈ, ਉਹ ਪ੍ਰੋਸੈਸ ਬਹੁਤ ਪੁਰਾਣਾ ਚੱਲਦਾ ਪਿਆ ਸੀ, ਆਫਰ ਲੈਟਰ ਆ ਗਈ, ਫੀਸ ਭਰਾਤੀ, ਐਲ ਓ ਏ ਆ ਗਈ, ਜੀ ਆਈ ਸੀ ਕਰਾਤਾ, ਐਂਬੈਸੀ ਫਾਈਲ ਲਾਤੀ, ਹੁਣ ਅਟੈਸਟੇਸ਼ਨ ਲੈਟਰ ਹਜੇ 6 ਮਹੀਨੇ ਸਾਲ ਲੋਕਾਂ ਨੂੰ ਮੇਰੇ ਖਿਆਲ ਸਮਝਣ ਲੱਗਾ ਲੱਗ ਜਾਣਾ, ਲੋਕਾਂ ਨੂੰ ਕੀ ਕੰਸਲਟੈਂਟ ਨੂੰ ਸਮਝਣ ਲੱਗਾ ਲੱਗ ਜਾਣਾ, ਬਹੁਤ ਸਾਰੇ ਕੰਸਲਟੈਂਟ ਨੂੰ ਪਤਾ ਨਹੀਂ ਲੈਟਰ ਦੇਣੀ ਕਿੰਨੇ ਆ, ਇਹ ਕਾਲਜ ਨੇ ਦੇਣੀ ਆ, ਇਹ ਪ੍ਰੋਵਿੰਸ ਨੇ ਦੇਣੀ ਆ, ਇਹ ਸਰਕਾਰ ਨੇ ਦੇਣੀ, ਕਿੰਨੇ ਦੇਣੀ ਆ, ਔਰ ਇੱਥੇ ਓਮ ਗਲੋਬਲ ਨੇ ਆਲਰੇਡੀ ਵੀਜ਼ਾ ਲੈ ਕੇ ਵੀ ਤੁਹਾਡੇ ਸਾਹਮਣੇ ਰੱਖਤਾ। ਹੁਣ ਸਰ ਇੱਕ ਸਵਾਲ ਮੇਰੇ ਦਿਮਾਗ ਦੇ ਵਿੱਚ ਆ ਰਿਹਾ, ਜਿਹੜਾ ਮੈਂ ਵੀ ਪਹਿਲੀ ਵਾਰੀ ਤੁਹਾਨੂੰ ਸੁਣਿਆ, ਤੁਸੀਂ ਕਹਿ ਰਹੇ ਹੋ ਸਾਡੇ ਕੋਲ ਪ੍ਰੀ ਅਪਰੂਵਡ ਪਈਆਂ ਜੀ, ਪ੍ਰੀ ਅਪਰੂਵਡ ਐਲ ਐਮ ਆਈ ਦਾ ਸੁਣਿਆ ਸੀ ਕਿ ਪ੍ਰੀ ਅਪਰੂਵਡ ਐਲ ਐਮ ਆਈ ਹੁੰਦੀ ਆ, ਪ੍ਰੀ ਅਪਰੂਵਡ ਅਟੈਸਟੇਸ਼ਨ ਲੈਟਰ ਕੀ ਆ? ਦੇਖੋ, ਪ੍ਰੀ ਅਪਰੂਵਡ ਅਟੈਸਟੇਸ਼ਨ ਲੈਟਰ ਦੀ ਗੱਲ ਕਰੀਏ, ਮੈਂ ਆਲਰੇਡੀ ਜ਼ਿਕਰ ਕਰ ਚੁੱਕਾ, ਜਾਂ ਤਾਂ ਅਲੱਗ ਚੱਲ ਜਾਈਏ ਜਾਂ ਪਹਿਲਾਂ ਚੱਲ ਜਾਈਏ। ਸੋ ਪੁਨੀਤ ਭਾਅ ਜੀ ਆਲਰੇਡੀ ਕੈਨੇਡਾ ਦੇ ਵਿੱਚ ਸੀਗੇ, ਜਿੱਦਾਂ ਜਿੱਦਾਂ ਸਾਨੂੰ ਅਪਡੇਸ਼ਨਸ ਆਈਆਂ ਉੱਦਾਂ ਉੱਦਾਂ ਦੱਸਣਾ ਸ਼ੁਰੂ ਕੀਤਾ, ਉੱਦਾਂ ਹੀ ਅਸੀਂ ਐਪਲੀਕੇਸ਼ਨਸ 'ਤੇ ਕੰਮ ਕੀਤਾ ਅਤੇ ਵੀਜ਼ੇ ਵੀ ਲੈ ਲਏ। ਸੋ ਇਹਦੇ ਨਾਲ ਨਾਲ ਅੱਜ ਜਿਹੜਾ ਕੋਈ ਸਟੂਡੈਂਟ ਸਾਡੇ ਕੋਲ ਆਉਂਦਾ ਆਪਦਾ ਕੇਸ ਲੈ ਕੇ ਆਉਂਦਾ, ਜੀ ਪ੍ਰੋਸੈਸ ਕਰਾ ਦਿਉ, ਆਫਰ ਲੈਟਰ ਜਦੋਂ ਲੈ ਲਾਂਗੇ ਅਗਲੇ ਦਿਨ, ਇੱਕ ਦਿਨ ਦੇ ਵਿੱਚ ਪ੍ਰੀ ਅਪਰੂਵਡ ਸਾਡੇ ਕੋਲ ਪੀ ਏ ਆਰ ਲੈਟਰਸ ਹੈਗੇ ਨੇ, ਅਗਲੇ ਦਿਨ ਅਟੈਸਟੇਸ਼ਨ ਲੈਟਰ ਅਪਰੂਵ ਕਰਾ ਕੇ ਦਾਂਗੇ ਜੀ। ਸੋ ਬਹੁਤ ਦੂਰ ਦੀ ਗੱਲ ਹੈ, ਲੋਕ ਕਹਿੰਦੇ ਜੀ 15 ਦਿਨ ਲਾਂਗੇ ਜੀ, 20 ਦਿਨ ਲਾਂਗੇ, ਇੱਕ ਦਿਨ ਦੇ ਵਿੱਚ ਅਟੈਸਟੇਸ਼ਨ ਲੈਟਰ ਅਪਰੂਵ ਕਰਾਵਾਂਗੇ, ਉਸ ਤੋਂ ਬਾਅਦ ਬੱਚੇ ਦੀ ਫਾਈਲਿੰਗ ਕਰਾਂਗੇ ਜੀ। ਔਰ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਹੈ ਤੇ ਸੋਚਣ ਵਾਲੀ ਹੈ, ਹਰ ਬੱਚੇ ਨੂੰ ਪਤਾ ਹੈ ਕਿ ਜਦੋਂ ਪ੍ਰੋਵਿੰਸ ਨੇ ਇਹ ਲੈਟਰ ਰਿਲੀਜ਼ ਕਰਨੀ ਆ, ਕਾਲਜ ਨੇ ਲੈਟਰ ਰਿਲੀਜ਼ ਕਰਨੀ ਆ, ਤੇ ਸਰਕਾਰ ਵੱਲੋਂ ਕੋਟਾ ਨਿਰਧਾਰਿਤ ਕਰ ਦਿੱਤਾ ਗਿਆ। ਫੋਰ ਐਗਜ਼ਾਮਪਲ, ਕਿਸੇ ਨੇ ਵੈਨਕੂਵਰ ਜਾਣਾ, ਟੋਰੋਂਟੋ ਜਾਣਾ, ਮੈਨੀਟੋਬਾ ਜਾਣਾ, ਕਿਸੇ ਨੇ ਸਸਕੈਚੂਅਨ ਜਾਣਾ, ਕਿਸੇ ਨੇ ਕਿਊਬੈਕ ਦੇ ਵਿੱਚ ਜਾਣਾ, ਸਰਕਾਰ ਵੱਲੋਂ ਇੱਕ ਕੋਟਾ ਦੇ ਦਿੱਤਾ ਗਿਆ ਕਿ ਤੁਸੀਂ ਸਿਰਫ ਇੰਨੇ ਬੱਚਿਆਂ ਨੂੰ ਹੀ ਬੁਲਾ ਸਕਦੇ ਹੋ। ਹੁਣ ਸੰਧੂ ਸਾਹਿਬ ਦੀ ਗੱਲ 'ਤੇ ਗੌਰ ਕਰਿਓ, ਪ੍ਰੀ ਅਪਰੂਵਡ ਲੈਟਰਸ ਦਾ ਮਤਲਬ ਕੀ ਹੈ? ਤੁਸੀਂ ਏ ਬੀ ਸੀ ਕੰਸਲਟੈਂਟ ਦੇ ਕੋਲ ਜਾ ਕੇ ਅਪਲਾਈ ਕਰਦੇ ਹੋ, ਉਹ ਤੁਹਾਡੀ ਫਾਈਲ ਲਊਗਾ, ਆਫਰ ਲੈਟਰ ਅਪਲਾਈ ਕਰੂਗਾ, ਉਸ ਤੋਂ ਬਾਅਦ ਤੁਹਾਡੀ ਪੀ ਏ ਲੈਟਰ ਅਪਲਾਈ ਕਰੂਗਾ, ਉਹਨੂੰ 10 ਦਿਨ ਲੱਗ ਸਕਦੇ ਆ, 15 ਦਿਨ ਲੱਗ ਸਕਦੇ, ਔਰ ਜਿਸ ਕੰਸਲਟੈਂਟ ਨੂੰ ਪਤਾ ਨਹੀਂ ਕਿ ਅਪਲਾਈ ਕਿਵੇਂ ਕਰਨੀ, ਹੋ ਸਕਦਾ ਉਹਨੂੰ 1-2 ਮਹੀਨਾ ਵੀ ਲੱਗ ਜਾਏ। ਵਰਸਿਸ ਓਮ ਗਲੋਬਲ ਕੋਲ ਆ ਕੇ ਅਪਲਾਈ ਕਰਦੇ ਹੋ, ਪ੍ਰੀ ਅਪਰੂਵਡ ਲੈਟਰਸ ਪਈਆਂ, ਤੁਸੀਂ ਆਉਣਾ ਹੈ, ਆਪਣਾ ਕੇਸ ਦਰਜ ਕਰਾਉਣਾ, ਆਫਰ ਲੈਟਰ ਆਉਣੀ, ਨਾਲ ਅਗਲੇ ਦਿਨ ਤੁਹਾਨੂੰ ਪੀ ਏ ਲੈਟਰ ਵੀ ਮਿਲ ਜਾਣੀ ਹੈ। ਤੁਸੀਂ ਟੋਰੋਂਟੋ ਜਾਣਾ ਚਾਹੁੰਦੇ ਹੋ, ਵੈਨਕੂਵਰ ਜਾਣਾ ਚਾਹੁੰਦੇ ਹੋ, ਆਪਣੇ ਰਿਸ਼ਤੇਦਾਰਾਂ ਕੋਲ ਜਾਣਾ ਚਾਹੁੰਦੇ ਹੋ, ਬ੍ਰੈਂਪਟਨ ਜਾਣਾ ਚਾਹੁੰਦੇ ਹੋ, ਤੁਸੀਂ ਏ ਬੀ ਸੀ ਕੰਸਲਟੈਂਟ ਕੋਲ ਜਾਂਦੇ ਹੋ, 1-2 ਮਹੀਨੇ ਤੱਕ ਟੈਸਟੇਸ਼ਨ ਲੈਟਰ ਨਹੀਂ ਮਿਲਣੀ। ਓਮ ਗਲੋਬਲ ਕੋਲ ਆਉਂਦੇ ਹੋ, 2 ਦਿਨ ਦੇ ਵਿੱਚ, 3 ਦਿਨ ਦੇ ਵਿੱਚ ਤੁਹਾਡੀ ਫਾਈਲ, ਕਹਿੰਦੇ ਅਸੀਂ ਐਂਬੈਸੀ ਵੀ ਲਾ ਦਾਂਗੇ। ਸੋ ਜਦੋਂ ਉਹ ਕੋਟਾ ਪੂਰਾ ਹੋ ਗਿਆ, ਇੱਕ ਪ੍ਰੋਵਿੰਸ ਦਾ ਕੋਟਾ ਪੂਰਾ ਹੋ ਗਿਆ, ਇੱਕ ਸਟੇਟ ਜਿਹਨੂੰ ਆਪਾਂ ਪ੍ਰਿੰਸ ਕਹਿੰਦੇ, ਜਿਹਦੀ ਸਿਟੀ ਦਾ ਕੋਟਾ ਪੂਰਾ ਹੋ ਗਿਆ, ਕਾਲਜ ਦਾ ਕੋਟਾ ਪੂਰਾ ਹੋ ਗਿਆ, ਉਸ ਤੋਂ ਬਾਅਦ ਚਾਹੇ ਤੁਹਾਡੇ 95% ਨੰਬਰ ਆ, ਚਾਹੇ ਤੁਹਾਡੇ 99% ਨੰਬਰ ਆ, ਚਾਹੇ ਤੁਹਾਡੇ ਆਇਲਸ 'ਤੇ 9 ਬੈਡ ਆ, ਤੁਹਾਨੂੰ ਤਾਂ ਵੀ ਅਟੈਸਟੇਸ਼ਨ ਲੈਟਰ ਪ੍ਰੋਵਿੰਸ ਵੱਲੋਂ ਨਹੀਂ ਜਾਰੀ ਕੀਤੀ ਜਾਣੀ। ਸੋ ਫਸਟ ਕਮ ਫਸਟ ਸਰਵ ਬੇਸ 'ਤੇ ਲੈਟਰ ਇਸ਼ੂ ਹੋਊਗੀ। ਉਹ ਗਲੋਬਲ ਕੋਲ ਆ ਕੇ ਤੁਸੀਂ ਆਪਣੇ ਕੈਨੇਡਾ ਵੀਜ਼ਾ ਅਪਲਾਈ ਕਰਾਉਂਦੇ ਹੋ, ਜਦ ਤੱਕ ਤੁਸੀਂ ਕਿਸੇ ਕੰਸਲਟੈਂਟ ਕੋਲੋਂ ਆਫਰ ਲੈਟਰ ਦੀ ਵੇਟ ਕਰਦੇ ਹੋ, ਉਸ ਸਮੇਂ ਤੱਕ ਉਹ ਕਹਿੰਦੇ ਫਾਈਲ ਐਂਬੈਸੀ ਚਲਾ ਕੇ ਤੁਹਾਡਾ ਰਿਜ਼ਲਟ ਵੀ ਲੈ ਦਾਂਗੇ। ਹੁਣ ਸੰਧੂ ਸਾਹਿਬ, ਇੱਥੇ ਇੱਕ ਚੀਜ਼ ਹੋਰ ਆਉਂਦੀ ਹੈ, ਯਕੀਨ ਕਰਨਾ ਬਹੁਤ ਔਖਾ ਹੁੰਦਾ ਹੈ। ਲੋਕ ਕਹਿੰਦੇ ਜੀ ਬਹੁਤ ਵੱਡਾ ਅਪਡੇਟ ਕੀਤਾ ਸੀ, ਟੈਸਟੇਸ਼ਨ ਲੈਟਰ ਨਹੀਂ ਆਉਣਗੀਆਂ, ਕੋਟਾ ਘੱਟ ਜੂਗਾ, ਵੀਜ਼ੇ ਨਹੀਂ ਆਉਣਗੇ। ਹੁਣ ਸਵਾਲ ਇਹ ਹੈ ਕਿ ਲੋਕਾਂ ਦਾ ਪੈਸਾ ਨਾ ਖਰਾਬ ਹੋ ਜਾਏ, 12-13 ਲੱਖ ਰੁਪਏ ਦਾ ਜੀ ਆਈ ਸੀ ਹੋ ਗਿਆ, 10-12 ਲੱਖ ਰੁਪਇਆ ਫੀਸ ਚਲੇ ਜਾਂਦੀ ਹੈ, ਇਨ ਟੋਟਲ 25-26 ਲੱਖ ਰੁਪਇਆ ਕੈਨੇਡਾ ਖਰਚਾ ਆ ਜਾਂਦਾ ਹੈ, ਪੈਸੇ ਦਾ ਨੁਕਸਾਨ ਤਾਂ ਨਹੀਂ ਹੁੰਦਾ? ਦੇਖੋ ਭਾਅ ਜੀ, ਅੱਗੇ ਅੱਜ ਮੈਂ ਗੱਲ ਕਰਦਾ, ਇੱਕ ਹੋਰ ਇਨਫੋਰਮੇਸ਼ਨ ਦਿੰਦਾ, ਕਾਲਜਿਸ ਜਿਹੜੇ ਆ ਆਪਣੀ ਰਿਕੁਆਇਰਮੈਂਟ ਨੂੰ ਵੀ ਚੇਂਜ ਕਰਦੇ ਪਏ। ਤੁਸੀਂ ਗੱਲ ਕੀਤੀ ਸੀ ਕਿ ਫਸਟ ਕਮ ਫਸਟ ਸਰਵ, ਸੋ ਅੱਜ ਜੇ ਗੱਲ ਕਰਦੇ ਹਾਂ ਜੀ 6 ਓਵਰਆਲ ਜੋ ਪੁਰਾਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਕੇਸ ਲੈਂਦੇ ਸੀਗੇ, +2 ਕੀਤੀ ਹੈ, ਗ੍ਰੈਜੂਏਟ ਹੋ, ਮਾਸਟਰਸ ਕਰ ਚੁੱਕੇ ਹੋ, 55% ਅਗਰ ਮਾਰਕਸ ਆ ਜਾਂ 50% ਮਾਰਕਸ ਵਾਲਾ ਬੱਚਾ, 6 ਬੈਂਡ ਓਵਰਆਲ, 2 ਚ 5.5, 3 ਚ 5.5, ਆ 1 ਚ 5 ਆ, ਅੱਜ ਉਹਨੂੰ ਦਾਖਲਾ ਮਿਲੂਗਾ ਜਦੋਂ ਕੋਟਾ ਸਿਸਟਮ ਉਹਨਾਂ ਦਾ ਕੰਪਲੀਟ ਹੋਣ 'ਤੇ ਆ ਗਿਆ, ਸੀਟਸ ਥੋੜ੍ਹੀਆਂ ਰਹਿ ਗਈਆਂ, ਕਰੀਮ ਪ੍ਰੋਫਾਈਲ ਚੱਕੇ ਜਾਣਗੇ। ਸੋ ਅੱਜ ਜਿਹੜਾ ਵੀ ਸਟੂਡੈਂਟ ਸਾਡੇ ਕੋਲ ਐਪਲੀਕੇਸ਼ਨ ਪ੍ਰੋਸੈਸ ਕਰਦਾ ਜੀ, ਅਟੈਸਟੇਸ਼ਨ ਲੈਟਰ ਦੀ ਗੱਲ ਕੀਤੀ, 1 ਦਿਨ 'ਚ ਅਪਰੂਵ ਕਰਾਵਾਂਗੇ ਜੀ,
ਹਫ਼ਤੇ ਦੇ ਵਿੱਚ ਬੱਚੇ ਦੀ ਫਾਈਲ ਨੂੰ ਅੰਬੈਸੀ ਦੇ ਵਿੱਚ ਲੌਗਇਨ ਕਰਾਂਗੇ, ਪੈਸੇ ਬੱਚੇ ਕੋਲੋਂ ਉਧਰ ਲਾਂਗੇ ਜਿੱਦਣ ਬੱਚੇ ਦਾ ਵੀਜ਼ਾ ਗ੍ਰਾਂਟ ਹੋਊਗਾ। ਮਾਫੀ ਚਾਹੁੰਦਾ ਤੁਹਾਨੂੰ ਟੋਕ ਰਿਹਾ ਇੱਥੇ, ਇੱਕ ਦੋ ਤਾਂ ਮੈਨੂੰ ਐਸੇ ਮੈਸੇਜ ਵੀ ਆ ਗਏ ਕਿਉਂਕਿ ਸੋਸ਼ਲ ਮੀਡੀਆ ਦੇ ਲੋਕ ਬਹੁਤ ਫੋਲੋ ਕਰਦੇ ਆ ਜੀ, ਇੱਕ ਦੋ ਮੈਸੇਜ ਤਾਂ ਐਸੇ ਆ ਗਏ, ਕਹਿੰਦੇ ਜੀ ਅਸੀਂ ਫਰੀਦਕੋਟ ਤੋਂ ਬਿਲੋਂਗ ਕਰਦਾ ਬੱਚਾ, ਕਹਿੰਦਾ ਸਾਡੇ ਏਜੰਟ ਨੇ ਅਟੈਸਟੇਸ਼ਨ ਲੈਟਰ ਤੇ ਸਾਡੇ ਕੋਲ ਪੈਸੇ ਲੈ ਲਏ। ਕੀ ਅਟੈਸਟੇਸ਼ਨ ਲੈਟਰ ਦੇ ਪੈਸੇ ਲੱਗਦੇ ਆ, ਫਰੀ ਆਫ ਕੋਸਟ ਆ? ਬਿਲਕੁਲ ਜੀ, ਫਰੀ ਆਫ ਕੋਸਟ ਆ। ਅੱਜ ਓਮ ਗਲੋਬਲ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਅਨਾਊਂਸ ਕਰਦਾ ਜੀ, ਨਾ ਕੋਈ ਐਪਲੀਕੇਸ਼ਨ ਫੀਸ, ਨਾ ਪ੍ਰੋਸੈਸਿੰਗ ਫੀਸ, ਨਾ ਕਾਲਜ ਫੀਸ, ਔਰ ਨਾ ਹੀ ਅੰਬੈਸੀ ਫੀਸ, ਨਾ ਅਟੈਸਟੇਸ਼ਨ ਲੈਟਰ ਦੀ ਫੀਸ। ਸਾਰੇ ਪੈਸੇ ਉਦਨ ਦੇਈਓ ਜਿੱਦਣ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਊਗਾ, ਪੈਸੇ ਉਸ ਦਿਨ ਲਾਂਗੇ ਜਦੋਂ ਵੀਜ਼ਾ ਲੱਗ ਜੂਗਾ ਜੀ। ਸੋ ਕੈਨੇਡਾ ਜਾਣਾ ਚਾਹੁੰਦੇ ਹੋ, ਪਲੱਸ ਟੂ ਪਾਸ ਹੋ, ਗ੍ਰੈਜੂਏਟ ਹੋ, ਓਵਰਆਲ 6 ਬੈਂਡ ਹੈ, 1 ਚੋਂ 5.5, 2 ਚੋਂ 5.5 ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ, ਅਟੈਸਟੇਸ਼ਨ ਲੈਟਰ ਦੇ ਨਾਮ 'ਤੇ ਕਿਸੇ ਨੂੰ ਪੈਸਾ ਨਹੀਂ ਦੇਣਾ। ਦੁਬਾਰਾ ਸੁਣ ਲਓ, ਅਟੈਸਟੇਸ਼ਨ ਲੈਟਰ ਦੇ ਨਾਮ 'ਤੇ ਕਿਸੇ ਨੂੰ ਪੈਸਾ ਨਹੀਂ ਦੇਣਾ। ਪ੍ਰੀ ਅਪਰੂਵਡ ਅਟੈਸਟੇਸ਼ਨ ਲੈਟਰ ਤੁਹਾਨੂੰ ਓਮ ਗਲੋਬਲ ਕੋਲੋਂ ਮਿਲ ਸਕਦੀ ਹੈ। ਤੁਸੀਂ ਆਓਗੇ, ਆਪਣਾ ਆਫਰ ਲੈਟਰ ਅਪਲਾਈ ਕਰੋਗੇ, ਅਤੇ ਉਹ ਲੈਟਰ ਤੁਹਾਨੂੰ ਅਟੈਸਟੇਸ਼ਨ ਲੈਟਰ ਜਿਹਨੂੰ ਅਸੀਂ ਪ੍ਰੀ ਅਪਰੂਵਡ ਲੈਟਰ ਕਹਿੰਦੇ ਹਾਂ, ਇੱਕ ਦਿਨ ਦੇ ਵਿੱਚ ਯਾਨੀ 24 ਘੰਟੇ ਦੇ ਵਿੱਚ ਉਹ ਲੈਟਰ ਤੁਹਾਨੂੰ ਹਾਸਿਲ ਕਰਵਾ ਕੇ ਦਿੱਤੀ ਜਾਊਗੀ। 24 ਘੰਟੇ ਤੋਂ ਬਾਅਦ ਤੁਸੀਂ ਆਪਣਾ GIC ਪੇ ਕਰਨਾ ਔਰ ਆਪਣੀ ਫਾਈਲ ਅੰਬੈਸੀ ਲਾ ਸਕਦੇ ਹੋ। ਜਦ ਤੱਕ ABC ਕੰਸਲਟੈਂਟ ਦੇ ਕੋਲ ਤੁਸੀਂ ਅਟੈਸਟੇਸ਼ਨ ਲੈਟਰ ਅਪਲਾਈ ਕਰਾਉਣੀ ਆ, ਉਹਨੇ ਚਿਰ ਓਮ ਗਲੋਬਲ ਨੇ ਤੁਹਾਡਾ ਵੀਜ਼ਾ ਅਪਲਾਈ ਕਰ ਦੇਣਾ, ਔਰ ਰੀਸੈਂਟ ਵੀਜ਼ਾ 5 ਦਿਨ 'ਚ ਹਾਸਿਲ ਕੀਤਾ ਹੈ। ਪਲੱਸ ਟੂ ਪਾਸ ਬੱਚੇ, ਗ੍ਰੈਜੂਏਟ ਪਾਸ ਬੱਚੇ ਜਿਹੜੇ ਅਟੈਸਟੇਸ਼ਨ ਲੈਟਰ ਦੀ ਵੇਟ ਕਰ ਰਹੇ ਸੀ, 3000 ਤੋਂ ਵੱਧ ਅਟੈਸਟੇਸ਼ਨ ਲੈਟਰ ਓਮ ਗਲੋਬਲ ਦੇ ਕੋਲ ਆ। ਜਲਦੀ ਆਓ, ਆਪਣਾ ਕੇਸ ਦਰਜ ਕਰੋ ਔਰ ਆਪਣੇ ਕੈਨੇਡਾ ਜਾਣ ਦੇ ਸੁਪਨੇ ਪੂਰੇ ਕਰੋ। ਸਾਨੂੰ ਸਭ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ।